ਹੀ ਅਜਰਨ ਕਿ ਮੈਂ ਇਹਨਾਂ ਦਾ ਰੱਬ ਇਹਨਾਂ ਦੇ ਕੋਲ ਕੋਈ ਉਜਰਤ ਤਲਬ ਨਹੀਂ ਕਰਦਾ। ਇੱਕ ਮਰਤਬਾ ਫਿਰ ਸੁਣੋ ਬਈ, ਅੱਲਾਹ ਰੱਬੁਲ ਆਲਮੀਨ ਫਰਮਾ ਰਿਹਾ ਕਿ ਮੇਰੇ ਬੰਦਿਆਂ ਨੂੰ ਮੈਂ ਰੱਬ ਦਾ ਪੈਗਾਮ ਸੁਣਾਓ। ਐ ਹਬੀਬ ਪੈਗਾਮ ਇਹ ਸੁਣਾਓ ਮੇਰੇ ਬੰਦਿਆਂ ਨੂੰ, ਲਾ ਅਸਅਲੁਕੁਮ ਅਲੈਹੀ ਅਜਰਨ, ਤੁਹਾਡਾ ਰੱਬ ਤੁਹਾਡੇ ਕੋਲੋਂ ਕਿਸੇ ਚੀਜ਼ ਦੀ ਉਜਰਤ ਤਲਬ ਨਹੀਂ ਕਰਦਾ। ਹੁਣ ਥੋੜੀ ਜਿਹੀ ਮੈਂ ਤਸ਼ਰੀਹ ਕਰਾਂਗਾ, ਕੁਰਾਨ ਦੀ ਆਇਤ ਮਫਹੂਮ ਸਮਝ ਆ ਜਾਏ। ਅੱਲਾਹ ਫਰਮਾਉਂਦੇ, ਐ ਮੇਰਾ ਬੰਦਾ, ਈਮਾਨ ਹੈ ਨਾ, ਮੈਂ ਆਪਣੇ ਨਬੀ ਦੇ ਸਦਕੇ ਤੈਨੂੰ ਈਮਾਨ ਅਤਾ ਕੀਤਾ, ਇਸ ਈਮਾਨ ਦੀ ਉਜਰਤ ਮੈਂ ਰੱਬ ਤੇਰੇ ਕੋਲੋਂ ਤਲਬ ਨਹੀਂ ਕਰਦਾ। ਅੱਲਾਹ ਫਰਮਾਉਂਦੇ, ਐ ਮੇਰਾ ਬੰਦਾ, ਆ ਜਿਹੜਾ ਤੈਨੂੰ ਕੁਰਾਨ ਕੀਤਾ ਮੈਂ ਆਪਣੇ ਹਜ਼ੂਰ ਦੇ ਸਦਕੇ, ਇਸ ਕੁਰਾਨ ਦੀ ਉਜਰਤ ਤਲਬ ਤੇਰੇ ਕੋਲੋਂ ਮੈਂ ਰੱਬ ਨਹੀਂ ਮੰਗਦਾ। ਹੁਣ ਮੇਰੇ ਵੱਲ ਵੇਖ ਕਿਸੇ ਜਾ ਕੇ ਸੁਣੀ, ਅੱਲਾਹ ਫਰਮਾਉਂਦਾ, ਐ ਮੇਰੇ ਹਬੀਬ, ਇਹਨਾਂ ਮੇਰੇ ਬੰਦਿਆਂ ਨੂੰ ਕਹਿ ਦੇ ਕਿ ਆ ਜਿਹੜਾ ਮਾਹ ਰਮਜ਼ਾਨ ਦੇ ਰੋਜ਼ੇ ਮੈਂ ਤੁਹਾਡੇ ਉੱਤੇ ਫਰਜ਼ ਕੀਤੇ, ਹਜ਼ੂਰ ਦੇ ਸਦਕੇ ਅਦਾ ਕੀਤੇ, ਇਹਨਾਂ ਰੋਜ਼ਿਆਂ ਦੀ ਉਜਰਤ ਵੀ ਮੈਂ ਰੱਬ ਤੁਹਾਡੇ ਕੋਲੋਂ ਤਲਬ ਨਹੀਂ ਕਰਦਾ। ਅੱਲਾਹ ਫਰਮਾਉਂਦੇ, ਐ ਹਬੀਬ, ਇਹਨਾਂ ਮੇਰੇ ਬੰਦਿਆਂ ਨੂੰ ਪੈਗਾਮ ਦੇ ਦੇ, ਆ ਮੈਂ ਜਿਹੜੀ ਜ਼ਕਾਤ ਤੁਹਾਡੇ ਉੱਤੇ ਫਰਜ਼ ਕੀਤੀ ਹੈ, ਇਸ ਖੂਬਸੂਰਤ ਜ਼ਕਾਤ ਅਮਲ ਦੀ ਵਜ੍ਹਾ ਤੋਂ ਵੀ ਮੈਂ ਤੁਹਾਡੇ ਕੋਲੋਂ ਕੋਈ ਉਜਰਤ ਤਲਬ ਨਹੀਂ ਕਰਦਾ। ਅੱਲਾਹ ਦੀ ਇੱਜ਼ਤ ਦੀ ਕਸਮ, ਜਦੋਂ ਜੁਮਲੇ ਦਾ ਮੈਂ ਇਖਤਤਾਮ ਕਰਾਂਗਾ ਨਾ, ਹਰ ਬੰਦੇ ਦਾ ਦਿਲ ਆਖੇਗਾ ਕਿ ਲਫ਼ਜ਼ਾਂ ਦਾ ਉੱਠ ਕੇ ਮੈਂ ਇਸਤਕਬਾਲ ਕਰਾਂ, ਜਿੰਨਾ ਹੋ ਸਕੇ ਮੈਂ ਦਾਤ ਦੇਵਾਂ ਜ਼ਬਾਨ ਤੇ, ਬੰਦਾ ਖਮੋਸ਼ ਰੱਖ ਹੀ ਨਹੀਂ ਸਕਦਾ ਨਾ। ਅੱਲਾਹ ਫਰਮਾਉਂਦੇ, ਆਏ ਹਬੀਬ, ਇਹਨਾਂ ਨੂੰ ਕਹਿ ਦੇ ਕਿ ਤੁਹਾਡੇ ਕੋਲੋਂ ਜਿਹੜੀ ਇੱਜ਼ਤ ਹੈ ਇਹ ਮੈਂ ਰੱਬ ਅਤਾ ਕੀਤੀ ਹੈ, ਮੈਂ ਇੱਜ਼ਤ ਦੀ ਉਜਰਤ ਵੀ ਨਹੀਂ ਮੰਗਦਾ। ਅੱਲਾਹ ਫਰਮਾਉਂਦੇ, ਜਿਹੜੀ ਸ਼ੋਹਰਤ ਦਿੱਤੀ ਹੈ, ਜਿਹੜੀ ਦੌਲਤ ਦਿੱਤੀ ਹੈ, ਜਿਹੜਾ ਜ਼ਰੀ ਰਕਬਾ ਦਿੱਤਾ, ਜਿਹੜੀ ਸਿਹਤ ਦਿੱਤੀ ਹੈ, ਅੱਲਾਹ ਫਰਮਾਉਂਦਾ ਤੇਰੇ ਕੋਲ ਬੈਂਕ ਬੈਲੈਂਸ ਹੈ, ਜੋ ਕੁਛ ਹੈ ਇਹ ਮੈਂ ਰੱਬ ਦੀ ਅਤਾ ਹੈ, ਮੈਂ ਰੱਬ ਤੇਰੇ ਕੋਲ ਕਿਸੇ ਚੀਜ਼ ਦੀ ਉਜਰਤ ਤਲਬ ਨਹੀਂ ਕਰਦਾ। ਅੱਲਾਹ ਫਰਮਾਉਂਦਾ, ਇਹਨਾਂ ਸਾਰੀਆਂ ਚੀਜ਼ਾਂ ਦੀ ਅਗਰ ਆਪਣੇ ਰੱਬ ਨੂੰ ਉਜਰਤ ਦੇਣਾ ਚਾਹੁੰਦਾ, ਅਗਰ ਹੱਕ ਅਦਾ ਕਰਨਾ ਚਾਹੁੰਦਾ, ਹਰ ਚੀਜ਼ ਦੀ ਉਜਰਤ ਆਪਣੇ ਰੱਬ ਨੂੰ ਦੇਣਾ ਚਾਹੁੰਦਾ, ਫਿਰ ਰੱਬ ਦੀ ਇੱਕੋ ਹੀ ਡਿਮਾਂਡ ਹੈ, ਰੱਬ ਫਿਰ ਇੱਕੋ ਹੀ ਮੁਤਾਲਬਾ ਕਰਦਾ ਹੈ। ਉਹ ਮੁਤਾਲਬਾ ਕੀ ਹੈ? ਇਨਲ ਮਵੱਦਤਾ ਫਿਲ ਕੁਰਬਾ। ਅੱਲਾਹ ਫਰਮਾਉਂਦਾ, ਮੇਰੇ ਨਬੀ ਦੇ ਜਿਹੜੇ ਕਰੀਬ ਹੀ ਨੇ, ਯਾਨੀ ਕਿ ਜਿਹੜੇ ਪੰਜ ਤਨ ਪਾਕ ਨੇ, ਯਾਨੀ ਕਿ ਜਿਹੜੇ ਨਬੀ ਦੀ ਆਲ ਹੋ, ਅੱਲਾਹ ਫਰਮਾਉਂਦਾ, ਮੇਰੇ ਨਬੀ ਦੀ ਆਲ ਦੇ ਨਾਲ ਮੁਹੱਬਤ ਤੂੰ ਚਾ ਰੱਖ, ਇੱਜੇ ਸਮਝੀ ਹਰ ਚੀਜ਼ ਦੀ ਉਜਰਤ ਆਪਣੇ ਰੱਬ ਨੂੰ ਦੇ ਦਿੰਦੀ। ਨਾਰਾ ਤਕਬੀਰ, ਨਾਰਾ ਇਨਸਾਨ, ਨਾਰਾ ਇਨਸਾਨ, ਨਾਰਾ ਹੈਦਰੀ, ਨਾਰਾ ਹੋਸ਼ੀਆ, ਹੁਸੈਨੀਅਤ, 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 ਹੁਸੈਨੀਅਤ। ਸਲਾਮਤ ਰਹੋ ਜੀ, ਮਾਸ਼ਾਅੱਲਾ, ਹਰ ਬੰਦਾ ਹੀ ਜਾਗ ਗਿਆ ਜੀ। ਅੱਲਾਹ ਤਾਲਾ ਤੁਹਾਡੀ ਮੁਹੱਬਤ ਨੂੰ ਸਲਾਮਤ ਰੱਖੇ, ਅੱਲਾਹ ਤਾਲਾ ਇਹੀ ਮੇਰੇ ਇਮਾਮ ਦਾ ਪਿਆਰ ਤੁਹਾਡੀ ਨਸਲ ਦੇ ਅੰਦਰ ਵੀ ਰੱਖ ਛੱਡੇ। ਅੱਜ ਮੈਂ ਜਨਾਬ ਇਮਾਮ ਦਾ ਪਿਆਰ ਲੈ ਕੇ ਆਇਆ ਬੈਠੇ ਹੋ, ਨਾ ਭਾਈ ਆਰਫ ਦੇ ਅਹਿਸਾਨ ਕਰਕੇ ਆਇਓ, ਨਾ ਕਿਵਲਾ ਇਮਾਮ ਸਾਹਿਬ ਦੇ, ਨਾ ਨਕੀਮ ਸਾਹਿਬ ਦੇ, ਨਾ ਮੇਰੇ ਉੱਤੇ, ਆਪਣੀ ਅਕੀਦਤ ਦਾ ਇਜ਼ਹਾਰ ਕਰਨ ਵਾਸਤੇ ਆਇਆ ਬੈਠੇ ਹੋ। ਅੱਲਾਹ ਫਰਮਾਉਂਦਾ ਹੈ, ਇਹਨਾਂ ਸਾਰੀਆਂ ਚੀਜ਼ਾਂ ਦੀ ਉਜਰਤ ਅਗਰ ਦੇਣਾ ਚਾਹੁੰਦੇ ਹੋ, ਰੱਬ ਦੀ ਇੱਕ ਹੀ ਡਿਮਾਂਡ ਹੈ। ਕਾਰੀ ਸਾਹਿਬ ਯਕੀਨ ਕਰੋ, ਅੱਲਾਹ ਦੀ ਇੱਜ਼ਤ ਦੀ ਕਸਮ, ਇਸਲਾਮ ਦੇ ਅੰਦਰ ਰਕਸ ਕਰਨਾ ਜਾਇਜ਼ ਹੁੰਦਾ, ਮੈਂ ਚਿਸ਼ਤੀ ਉੱਠ ਕੇ ਖੁਦ ਰਕਸ ਕਰਾਂ ਹਾਂ। ਇਹਨਾਂ ਜੁਮਲਿਆਂ ਦੇ ਅੰਦਰ ਕਿਹੜਾ ਹੁਸਨ ਹੈ? ਉਹ ਰੱਬ ਜਿਹੜਾ ਸਭ ਕੁਛ ਅਤਾ ਕਰਨ ਵਾਲਾ, ਉਹ ਰੱਬ ਦੇਖੋ ਨਾ, ਸਾਨੂੰ ਜਿਹੜੀ ਚੀਜ਼ ਦੀ ਤਲਬ ਹੁੰਦੀ ਅਸੀਂ ਕਿਹਦੇ ਕੋਲ ਮੰਗਦੇ ਹਾਂ? ਬੋਲੋ ਵੀ ਕਿਹਦੇ ਕੋਲ ਮੰਗਦੇ ਹਾਂ? ਸਾਰੇ ਅਮੀਰ ਗਰੀਬ, ਅਦਨਾ ਆਲਾ, ਬਾਦਸ਼ਾਹ ਗੁਲਾਮ, ਕਿਹਦੇ ਕੋਲ ਮੰਗਦੇ ਹਾਂ? ਸਭ ਕੁਛ ਰੱਬ ਕੋਲੋਂ ਮੰਗਦੇ ਹਾਂ, ਸਭ ਕੁਛ ਸਾਨੂੰ ਰੱਬ ਹੀ ਅਤਾ ਕਰਦਾ। ਉਹ ਅਤਾ ਕਰਨ ਵਾਲਾ ਰੱਬ ਸਾਡੇ ਕੋਲੋਂ ਇੱਕ ਚੀਜ਼ ਵੀ ਮੰਗਦਾ ਹੈ? ਹਾਏ ਹਾਏ ਹਾਏ, ਸੁਭਾਨ ਅੱਲਾਹ। ਉਹ ਸਭ ਕੁਛ ਅਤਾ ਕਰਨ ਵਾਲਾ ਰੱਬ
ਸਾਡੇ ਕੋਲੋਂ ਇੱਕ ਚੀਜ਼ ਪਿਆ ਮੰਗਦਾ, ਉਹ ਚੀਜ਼ ਕਿਆ ਹੈ? ਉਹ ਚੀਜ਼ ਇਹ ਹੈ ਕਿ ਮੇਰੇ ਨਬੀ ਦੀ ਗਰੀਬੀਆਂ ਦੇ ਨਾਲ ਮੁਹੱਬਤ ਰੱਖੋ।